ਅਸਲਾਮ ਵਾਲੇਕੁਮ ਨਾਜ਼ਰੀਨ, ਮੇਰਾ ਨਾਮ ਸ਼ਹਿਜ਼ਾਦ ਰਸ਼ੀਦ ਹੈ। ਤੁਹਾਨੂੰ ਪਹਿਲੇ ਵੀ ਪਤਾ ਕਿ ਮੈਂ ਵੀਡੀਓ ਚਲਾਉਂਦਾ ਰਹਿੰਦਾ ਵਾ ਭੂਤ ਦੇ ਬਾਰੇ ਦੇ ਨਾਲ, ਤੇ ਅੱਜ ਮੈਂ ਇੱਕ ਜਗ੍ਹਾ ਤੋਂ ਗੁਜ਼ਰ ਰਿਹਾ ਸੀਗਾ ਤੇ ਮੇਰੇ ਦੋਸਤ ਹੈਗੇ ਨੇ, ਕਹਿੰਦੇ ਯਾਰ ਪਾਨ ਵਾਲੀ ਦੁਕਾਨ ਹੈ, ਕਹਿੰਦੇ ਪਾਨ ਜਿਹੜਾ ਨਾ ਇੱਥੇ ਪਾਨ ਵੀ ਦੇਖੋ ਖਾ ਲਓ, ਤੇ ਨਾਲੇ ਮੈਨੂੰ ਕਹਿੰਦੇ ਯਾਰ ਕੋਈ ਸਾਡਾ ਵੀ ਇੱਥੇ ਕੋਈ ਸਾਡੇ ਕੋਲ ਖੜੇ ਹੋਵੋ, ਦੱਸੋ ਲਿਖਦਾ ਨੀ ਸਾਡੀ ਦੁਕਾਨ ਹੈਗੀ। ਇਹ ਸਾਹਮਣੇ ਦੇਖੋ ਜੀ, ਮਿਹਰਬਾਨ ਪਾਨ ਚਾਰ ਦਸ ਦਿਨ ਖੜੇ, ਨਾਲੇ ਦੇਖੋ ਸੀ ਸਮਝ ਨੀ ਆ ਰਹੀ ਕਿ ਪਤਾ ਨੀ ਕਿੱਥੋਂ ਲੋਕ ਨਿਕਲ ਕੇ ਆ ਗਏ, ਚੰਗੇ ਭਰੇ ਘਰ ਸੁੱਤੇ ਪੈਸੇ ਮੂੰਹ ਚੁੱਕ ਕੇ ਆ ਗਏ, ਪਤਾ ਕਰਦੇ ਨਾ ਕੀ ਕਹਿਣਾ ਚਾਹੀਦੀ ਗੱਲ, ਕੀ ਲੜਾਈ ਲੜੂ ਕਰੀ ਹੋਊ, ਪੁੱਛੀਏ ਫਿਰ ਇਹਨਾਂ ਦੇ ਕੋਲੋਂ ਕੀ ਗੱਲਬਾਤ ਆ। ਆਜ ਨਾ ਮਿਹਰਬਾਨ ਪਾਨ ਸ਼ਾਪ ਕੇ ਉੱਪਰ ਆਏ ਔਰ ਮੈਂ ਯਹਾਂ ਪੇ ਆਇਆ ਤੋ ਯਹਾਂ ਪੇ ਇਤਨੇ ਲੋਕ ਇਕੱਠੇ ਹੋ ਗਏ ਔਰ ਇਹ ਹੁਣ ਪਤਾ ਨੀ ਕੀ ਹੋਣ ਲੱਗਾ, ਲੱਗਦਾ ਅੱਜ ਕੋਈ ਜੁੱਕਾ ਸ਼ੁੱਕਾ ਚੱਲਣ ਲੱਗ ਪੈਣੀਆਂ ਨੇ। ਮੈਂ ਤਾਂ ਵੈਸੇ ਇੱਥੇ ਪਾਨ ਸ਼ਾਨ ਖਾਣ ਆਇਆ ਸੀਗਾ ਤੇ ਆਹ ਭਾਈ ਹੁਣ ਸਾਰਿਆਂ ਨੇ ਮੈਨੂੰ ਘੇਰ ਲਿਆ ਇੱਥੇ, ਤੇ ਭਾਜੀ ਕੀ ਗੱਲ ਹੈ ਹੁਣ ਸਰ ਮੈਨੂੰ ਘੇਰ ਕੇ ਖੜੇ, ਕੋਈ ਗੱਲਬਾਤ ਹੀ ਕਰ ਲਓ ਮੇਰੇ ਨਾਲ। ਮਿਹਰਬਾਨੀ ਤੁਹਾਡੀ, ਜੱਫੀ ਨੀ ਪਾਉਣੀ, ਜੱਫੀ ਪਾ ਲਓ ਜਨਾਬ, ਆ ਜਾਓ, ਜੱਫੀ ਤਾਂ ਪਹਿਲੇ ਹੁੰਦੀ ਆ ਸਲਾਮ ਦੀ। ਹਾਂਜੀ ਇਹ ਇੱਥੇ ਕਿਸ ਲਈ ਖੜੇ ਜਨਾਬ, ਕੋਈ ਗੱਲਬਾਤ? ਸਾਰੇ ਤੁਹਾਡੇ ਕਰਕੇ ਆਏ ਨੇ, ਮੇਰੇ ਕਰਕੇ ਆਏ ਨੇ, ਫਿਰ ਆ ਜਾਓ ਫਿਰ ਇਕੱਠੇ ਹੋ ਜਾਓ, ਫਿਰ ਸਾਰੇ ਸਾਰੇ ਇਕੱਠੇ ਹੀ ਨੇ ਸਰ ਜੀ, ਦੇਖੋ ਕਿੱਦਾਂ ਦੇਖ ਰਹੇ, ਜਿੱਦਾਂ ਪਤਾ ਨੀ ਕੀ ਕਰ ਲਓ ਗੱਲ, ਵੀ ਚੰਗੀ ਤਾਂ ਕਿ ਪਤਾ ਲੱਗੇ, ਚੰਗੀਆਂ ਗੱਲਾਂ ਕਰਨੀਆਂ ਨੇ ਸ਼ੇਖ ਸਾਹਿਬ ਆਪਣੇ ਨੇ, ਸਾਹਿਬ ਨੇ ਆਪਣੇ, ਸਾਡੇ ਲੂਡੋ ਮਾਸਟਰ ਨੇ ਸ਼ਾਮ ਭਾਈ ਹੋਣੀ ਦੇਖੋ ਜੀ ਲੋਟੇ ਜਾਂ ਮੰਡੇ ਕੀਤੇ, ਕੀ ਕੀਤਾ ਵਾ ਲੋਟੇ ਜਾਂ ਮੰਡੇ ਕੀਤੇ, ਸਾਥੇ ਵੀ ਤੁਸੀਂ ਬਾਕੀ ਨਾ ਤੇਰਾ ਰਮਜ਼ਾਨ ਕੀ ਕਰਦਾ? ਹਾਂ ਕੰਮ ਕਰਦਾ। ਕੀ ਕਰਦਾ? ਕੰਮ ਕੱਪੜੇ ਦਾ। ਕੱਪੜੇ ਦਾ ਕੀ ਕੰਮ ਕਰਦਾ? ਕੱਪੜਾ ਇਹੀ ਆ, ਸੇਲਮੈਨ ਹੀ ਕਰਦੇ ਆ। ਸੇਲਮੈਨ ਕੀ ਕਰਦਾ? ਕੀ ਹੈ ਸੇਲਮੈਨ? ਇਹੀ ਬਸ ਕੀ ਦੁਕਾਨਦਾਰੀ ਕਰਨੀ ਆ, ਕਟਿੰਗ ਕਰਨੀ ਆ, ਮਾਲ ਵੇਚਣਾ, ਸੇਲ ਪਾ ਪਾਉਣੇ ਵਾਲਾ ਕੰਮ ਕਰਦਾ ਜਾਂ ਉਹ ਨਹੀਂ ਪਾ ਪਾਉਣੇ ਦਾ, ਉਹ 20-20 ਦੇ ਪੀਸ ਉਹ ਤੇ ਹੈ ਦੁਕਾਨਦਾਰੀ ਵਾਲਾ ਕੰਮ ਹੈ ਜੀ, ਦੁਕਾਨਦਾਰੀ ਵਾਲਾ ਕੰਮ, ਸੂਟਾਂ ਦਾ ਕੰਮ। ਅੱਛਾ, ਹੋਰ ਉਹ ਸੇਲ ਕਰੀਦੇ ਆ ਜੀ? ਉਹ ਸੇਲ ਕਰੀਦੇ ਆ? ਹਾਂ। ਇੱਥੇ ਕੀ ਲੈਣ ਆਇਆ ਵਾ? ਇੱਥੇ ਵੈਸੇ ਦੋਸਤ ਸਾਰੇ ਭਰਾ ਖਲੋਤੇ ਆ। ਤੇ ਪਾਨ ਵਾਲੀ ਦੁਕਾਨ ਤੇ ਕਿੱਥੇ ਕਰਦੇ ਕੀ ਆ ਗਿਆ ਤੂੰ? ਹੈ ਇੱਥੇ ਪਾਨ ਪਾਉਣ ਪਾਈ। ਅੱਛਾ ਹਾਂ, ਉਸ ਤੋਂ ਇਲਾਵਾ? ਹੋਰ ਤੋਂ ਇਲਾਵਾ ਖਲੋਤੇ ਆ ਜੀ, ਖਲੋਤੇ। ਮੈਂ ਕਿਹਾ ਤੂੰ ਬੈਠਾ ਹੋਇਆ ਵਾ, ਗੱਲਬਾਤ ਗੱਲਬਾਤ ਹੀ ਸੁਣਾ ਦੇ ਆਪਣੀ ਮਾਰਕੀਟ ਦੀ। ਥੋੜੀ ਦੇਰ ਪਹਿਲੇ ਤੇ ਤੇਰੇ ਕੋਲ ਖੜਾ ਸੀ, ਬੜੀਆਂ ਜੁੱਤਾਂ ਬੋਲਣ ਕੀ ਕਹਿ ਰਹੇ ਸੀ? ਕੀ ਕਹਿ ਲੋਟੇ ਲੋਟੇ ਜਾਂ ਮੁੰਡੇ ਕੀਤੇ? ਹੋਰ ਕੋਈ ਗੱਲ ਨੀ ਆਉਂਦੀ ਇਸ ਤੋਂ ਇਲਾਵਾ? ਤੈਨੂੰ ਗੱਲਾਂ ਗੁੱਲਾਂ ਤੇ ਬੜੀਆਂ ਆਉਂਦੀਆਂ, ਕੀ ਕਰੀਏ ਹੁਣ? ਤੂੰ ਦੱਸ ਦੇ ਨਾ ਯਾਰ, ਕਿਹੜੀਆਂ ਤੱਤੀਏ? ਆ ਇੱਕ ਕਹਿਣ ਡਿਆ ਸੀ ਕਹਿੰਦੇ ਸ਼ੌਰਮਾ ਲੈਣ ਗਿਆ ਤੇ ਕਹਿੰਦੇ ਅੱਬੇ ਦਾ ਸਿਰਹਾਣਾ ਲੈਣ ਗਿਆ ਸੀਗਾ। ਅੱਛਾ ਜੀ, ਤੇ ਕਬਰ ਕਬਰ ਦਾ ਪਾਣੀ ਪਾਈ ਜਾਵੇ, ਮੁਰਦਾ ਬਾਹਰ ਉੱਠ ਕੇ ਕਹਿੰਦਾ ਮੇਰੀ ਨਜ਼ੀਰ ਪੁੱਟੀ ਜਾਣੀ। ਆ ਦੇਖੋ ਨਾ ਗੱਲ ਤੈਨੂੰ ਆਉਂਦੀ ਹੈ ਚੰਗੀ ਭਲੀ, ਤੇ ਇੰਦੀ ਕੀ ਗੱਲ ਹੀ ਅੱਗੇ ਵੀ ਹੋਰ ਵੀ ਦੱਸ ਦੇ ਕੋਈ ਗੱਲ, ਤੂੰ ਬਰੀਕ ਕਰਦਾ ਕੋਈ ਮਜ਼ੇਦਾਰ ਤੇਰੀ ਗੱਲ ਹੈ ਯਾਰ। ਹੈ ਤੇ ਪਿਛਲੀ ਯਾਰ ਦੀ ਤਕਰੀਰ ਚ ਆ ਕੇ ਤਾਂ ਮੇਰੇ ਦਿਲ ਚ ਸਰਾ ਆ ਗਿਆ, ਉਹਨੇ ਕਿੱਥੋਂ ਦੀ ਖਿਚਾ ਲਈ ਸੀ ਜਿਹੜਾ ਦਿਲ ਤੇ ਸਰਾਖ ਪਾ ਲਿਆ ਉਹਨੇ? ਉਹ ਪਿਛਲੀ ਖਿਚਾਈ ਦੇ ਨਾਲੇ ਆ ਛੋਟੀ ਜਿਹੀ ਕਬਰ ਤੇ ਰੋਈ ਜਾਵੇ। ਅੱਛਾ, ਉਸ ਗੱਲ ਨੂੰ ਪੜ ਲਿਆ ਭਾਈ, ਚਰਚ ਪੀ ਲਿਆ ਸੀਗਾ ਤੇ ਚਰਚ ਛੱਡ ਕੇ ਰੋਣ ਲੱਗ ਗਿਆ।
ਪੁਲਿਸ ਵਾਲੇ ਕਹਿੰਦੇ ਕੀ ਕਰਦਾ, ਰੋਣ ਕਿਉਂ ਦਿਆ? ਕਹਿੰਦਾ ਜੀ ਮੇਰਾ ਆਪੂ ਬਹੁਤ ਹੋ ਗਿਆ, ਕਹਿੰਦਾ ਛੋਟੀ ਜਿਹੀ ਕਮਰ, ਕਹਿੰਦਾ ਬਚਪਨ ਜੀ ਬਹੁਤ ਹੋ ਗਿਆ ਸੀ, ਇਹ ਕਮਰ ਕਿਸੇ ਦੀ ਦੂਧ ਰੋਣ ਡਿਆ ਸੀਗਾ, ਉਹ ਤਾਂ ਚਰਦ ਪੀ ਰਿਹਾ ਸੀ ਭਾਈ ਇਹ। ਅੱਛਾ, ਉਹਨਾਂ ਨੇ ਕਿਹਾ ਜੀ ਇੱਥੇ ਘਰ ਆ, ਕਹਿੰਦਾ ਜੀ ਇਹ ਬਹੁਤ ਹੋ ਗਿਆ ਮੇਰਾ ਆਪੂ, ਕਹਿੰਦਾ ਛੋਟੀ ਜਿਹੀ ਕਮਰ, ਕਹਿੰਦਾ ਬਚਪਨ ਜੀ ਬਹੁਤ ਹੋ ਗਿਆ। ਪਸੀਨਾ ਆਇਆ ਕਿ ਨਾ ਆ ਗਿਆ? ਮੈਂ ਪਸੀਨਾ ਆਇਆ, ਗਰਮੀ ਥੋੜੀ ਆ ਭਜਨ ਜਿੰਨੇ ਇੱਥੇ ਬੰਦੇ ਖੜੇ ਨਾ, ਸਭ ਦੇ ਨਾਮ ਦੋ ਦੋ ਜੁਗਤਾਂ ਵਾ, ਜਰਾ ਨਾਇਤ ਕਰਦੇ। ਚਲੋ ਜੀ, ਆ ਭਾਈ ਉਹਨੇ ਫੋਟੋ ਸੀਗੇ, ਘਰ ਚੋਰ ਆਏ ਤੇ ਤਲਵਾਰ ਕਟਕਾਇਆ, ਨੀਚ ਬਾਹਰ ਗਿਆ, ਕਹਿੰਦਾ ਹਾਂਜੀ, ਕਹਿੰਦਾ ਸੋਨਾ ਕਿੱਥੇ? ਕਹਿੰਦਾ ਮੇਰੇ ਨਾਲ ਪਿਆ। ਭਾਈ ਵੀ ਗੱਟਰ ਚ ਸੀਖਾ ਮਾਰਨ ਦਿਆ ਹੁੰਦਾ ਵੀ ਜਾ, ਕਹਿੰਦਾ ਭਾਈ ਦੋ ਨਾਲ ਮੇਰੇ ਵੀ ਲਾ ਦੇ। ਲੋ ਜੀ ਭਾਈ ਹੋਇਆ ਮੂੰਹ ਇੰਜ ਆ ਜਿੱਦਾਂ ਦੋ ਲੱਤਾਂ ਲੈ ਜਾਓ। ਆ ਭਾਈ ਸਾਡਾ ਕੰਮ ਇਹ ਹੈ ਦੇਖੇ ਨਾ ਗੱਲ ਕੋਈ ਚੰਗੀ, ਕੋਈ ਥੋੜੀ ਜਿਹੀ ਬਰੀਕ ਹੋ ਗਈ ਗੱਲ ਨਾ, ਪਹਿਲੇ ਮੋਟੀਆਂ ਗੱਲਾਂ ਸੀਗੀਆਂ। ਹਾਂਜੀ, ਅਗਲਾ ਬੰਦਾ ਲਿਆਓ, ਆਜੋ ਆਜੋ ਆਜੋ। ਭਾਈ ਘਰ ਚੋਰ ਆਏ, ਤੈਨੂੰ ਮੈਂ ਪੁੱਛਿਆ ਤੇਰਾ ਰੰਗ ਤਾਂ ਕਿਉਂ ਆ? ਕਹਿੰਦਾ ਮੇਰੇ ਘਰ ਚੋਰ ਆਏ, ਉਹਨਾਂ ਨੂੰ ਵੇਖਿਆ ਮੇਰਾ ਰੰਗ ਹੀ ਉੱਡ ਗਿਆ। ਚਲੋ ਮੇਰਾ ਤੇ ਰੰਗ ਉੱਡ ਗਿਆ, ਤੇਰਾ ਤੇ ਵੈਸੇ ਹੀ ਗਾਰ ਕਰਾਉਣ ਹੋ ਗਿਆ। ਭਾਈ ਹੁਣੀ ਨਵੇਂ ਨਵੇਂ ਜਹਾਜ਼ ਚ ਬਹਿ ਜਾਂਦੇ, ਭਾਈ ਲੈਣਾ ਜਾ ਕੇ ਲੜਾ ਲੱਗ ਪੈਂਦੇ, ਕਹਿੰਦੇ ਪੈਸੇ ਅਸੀਂ ਭਰੇ, ਗਾਣੇ ਤੂੰ ਸੁਣ ਰਹੇ। ਭਾਈ ਹੁਣ ਦਾਦਾ ਫੋਟ ਹੋ ਜਾਂਦਾ, ਅੱਛਾ, ਤੇ ਲੋਕੀ ਕਹਿ ਰਹੇ ਇਸਾਲੇ ਦਿਨ ਮੌਲਵੀ ਨੇ ਇਸਾਲੀ ਸਮਾਧ ਪੜਾ, ਕਹਿੰਦੇ ਮੌਲਵੀ ਸਾਹਿਬ ਮਰਦ ਹੋਵੇ, ਕਹਿੰਦਾ ਕੀ ਹੋਇਆ? ਕਹਿੰਦਾ ਤੁਹਾਨੂੰ ਮੁਬਾਰਕ ਹੋਵੇ ਦਾਦਾ, ਤੁਹਾਡਾ ਫੋਟ ਸੋਸ ਨਾ ਮਰੇ। ਭਾਈ ਬੜੀ ਆਵਾਜ਼ ਹੋ ਗਈ, ਮੱਛਰ ਦੇ ਵਾਸ਼ਰੂਮ ਚ ਵੜ ਜਾਂਦੇ, ਸ਼ਾਹ ਕਰਦੇ ਅੱਧਾ ਘੰਟਾ ਲਾਉਂਦੇ, ਮੈਂ ਬਾਹਰ ਰੁਕਾ, ਮੈਂ ਕੀ ਗੱਲ? ਕਹਿੰਦਾ ਚੁੱਪ ਕਰ ਜਾ, ਅੰਦਰ ਟੂਟੀ ਲਾ ਕੇ ਲੈ ਆ ਮੌਲਵੀ। ਭਾਈ ਹੁਣੀ ਲੰਗੜੇ ਹੁੰਦੇ, ਇਹਦਾ ਭਰਾ ਦੂਸਰਾ ਵੀ ਲੰਗੜਾ ਹੁੰਦਾ, ਉਹਨੇ ਨਹਿਰ ਤੇ ਨਹਾ ਰਿਹਾ ਹੁੰਦਾ, ਅਜਾ ਭਾਈ ਕਿੰਨਾ ਕਿੰਨਾ ਪਾਣੀ, ਕਹਿੰਦਾ ਭਾਈ ਇੱਕ ਪਾਸੇ ਇਹਦਾ ਦੂਜਾ ਭਰਾ ਵੀ ਲੰਗੜਾ ਹੁੰਦਾ,
ਪੁਲ ਤੋਂ ਜਾ ਰਿਹਾ ਹੁੰਦਾ ਨਵਾਜ਼ ਸ਼ਰੀਫ ਨੇ ਫੜ ਕੇ ਪੁਲ ਹੀ ਢਾਤਾ, ਕਹਿੰਦਾ ਪਤਾ ਨੀ ਉੱਚਾ ਨੀਵਾਂ ਭਰ ਗਿਆ ਵੇਖਣ ਦੀ ਲੋਟੇ ਨੂੰ ਵੀ ਵੇਖਣ ਦੇ ਆ, ਇਹ ਲੋਕ ਆਪਣੇ ਮੂੰਹ ਨਾਲ ਲਾਲ ਵੇਖਣ ਦੇ ਆ, ਇਹਨੂੰ ਵੇਖਾਂ ਕੇ ਮੈਂ ਆਪਣੇ ਆਪ ਨੂੰ ਜਾਂਦੇ ਆ। ਮੈਂ ਪਿਓ ਦੇ ਨਾਲ ਜਾਂਦੇ ਰਾਹ ਫਲ ਡਿੱਗਿਆ ਹੁੰਦਾ, ਚੁੱਕ ਲੈਂਦਾ ਪਿਓ, ਕਹਿੰਦਾ ਥੱਲੇ ਡਿੱਗਿਆ ਫਲ ਨੀ ਚੁੱਕੀ ਦਾ, ਫਿਰ ਅੱਗੇ ਜਾਂਦਾ ਫਿਰ ਸ਼ਾਇਦ ਡਿੱਗੀ ਹੁੰਦੀ, ਥੱਲੇ ਡਿੱਗੀ ਸ਼ਾਇਦ ਨਾ, ਪਿਓ ਕਹਿੰਦਾ ਕੋਈ ਚੁੱਕੀ ਨੀ ਹੁੰਦੀ, ਅੱਗੇ ਜਾ ਰਿਹਾ ਪਿਓ ਟੋਏ ਚ ਡਿੱਗ ਜਾਂਦਾ, ਪਿਓ ਕਹਿੰਦਾ ਕੋਈ ਚੁੱਕ, ਕਹਿੰਦਾ ਆਪਾਂ ਆਪੇ ਗਿਆ ਥੱਲੇ ਡਿੱਗੀ ਸ਼ਾਇਦ ਭਾਈ ਉਹਨਾਂ ਦੇ ਘਰ ਗੁੱਡਾ ਅੜ ਜਾਂਦਾ ਵਾ, ਪੂਰਾ ਟੱਬਰ ਰਲ ਕੇ ਆਉਂਦਾ ਨਹੀਂ ਨਿਕਲਦਾ ਲੱਥਦਾ ਹੈਗਾ, ਉਹ ਪੁੱਛੋ ਜੀ ਕਿਉਂ ਕਿਉਂ, ਉਹ ਸਾਰੇ ਨਿੱਕੇ ਨਿੱਕੇ ਹੁੰਦੇ ਆ, ਡਾਟੇ ਵਜਾਂਦਾ ਕਹਿੰਦਾ ਡਾਟੇ ਜੀ ਮੈਨੂੰ ਗੈਸ ਹੋ ਗਈ, ਡਾਟੇ ਸਿਲੰਡਰ ਕੱਢ ਕੇ ਕਿਹੜਾ ਆਉਂਦਾ, ਡਾਟੇ ਕਹਿੰਦਾ ਇਹ ਕਹਿੰਦਾ ਡਾਟੇ ਜੀ ਆ ਗਈ, ਡਾਟੇ ਕਹਿੰਦਾ ਅੱਧਾ ਕਿਲੋ ਗੈਸ ਮੇਰੇ ਘਰ ਭਰ, ਇਹਨੂੰ ਘਰ ਕੁੜੀ ਵਾਲੇ ਵੇਖਣ ਆਏ, ਉਹ ਕਹਿੰਦੇ ਸਾਡੇ ਦਾ ਤਾਂ ਨਾਮ ਆ, ਕੁੜੀ ਦਾ ਭਰਾ ਨਹੀਂ, ਸਾਡੇ ਦਾ ਤਾਂ ਨਾਮ, ਮੈਂ ਆਰਾਮ ਸਮਾਂ ਜੀ ਕਿਤੇ ਹੋਰ ਵੀ ਹੋਣ ਦੇ, ਇਹਨੂੰ ਕੁੜੀ ਵਾਲੇ ਵੇਖਣ ਆਏ, ਇਹਦਾ ਘਰ ਦਾ ਨੀ ਸੀ ਪਤਾ ਚੱਲ ਰਿਹਾ, ਇਹਦਾ ਭਰਾ ਨੇ ਭੇਜਦਾ ਚਾਹ ਲੈ ਗਿਆ, ਕੁੜੀ ਨੂੰ ਤੁਸੀਂ ਆਮ ਬਣਾਉਣਾ ਬੈਠਾ ਭਾਈ, ਸਿੱਧ ਜੂਨ ਕਰਾਈ, ਕਹਿੰਦੇ ਮਨ ਸਾਰ ਕਰਦੇ ਨਹਿਰ ਚ ਬੈਗ ਪੈ ਗਈ ਕਹਿੰਦਿਆ, ਉਧਰੋਂ ਕੁੱਤਾ ਪੈ ਗਿਆ ਨਹਿਰ ਚ ਡਿੱਗ ਗਿਆ, ਬਾਹਰ ਨਿਕਲ ਕੇ ਕਹਿੰਦਾ ਤੂੰ ਮੈਨੂੰ 2500 ਚ ਪਿਆ ਚੱਲ ਫਿਰ ਨਾ ਕੁੱਤਾ ਬਹੁਤ ਲੰਮੇ ਪਿਆ ਉਹਨੂੰ ਲਾਇਆ ਪਾਣੀ, ਪਤਾ ਐਟਾ ਤੂੰ ਮਕਾ ਲੈ ਆਪਾਂ ਇਹਦਾ ਹਿੱਸਾ ਵੇਖਣਾ ਆਏ ਤੇ ਕਹਿੰਦੇ ਮੁੰਡਾ ਹੀ ਕਰ ਲੈਂਦਾ, ਕਹਿੰਦਾ ਕਿੱਥੇ ਕਿੰਨਾ ਝੀਜੀ ਵਿੱਚ ਰਹਿਣ ਦਾਦਾ ਬੋਲ ਹੋ ਗਿਆ, ਕੱਪੜੇ ਲੱਤਾਂ ਕਲਰ ਕਰਕੇ ਦੱਬਦਾ ਕਲੀ ਕਰਕੇ, ਆ ਭਾਈ ਦਾ ਵੀ ਦਾਦਾ ਉਹ ਉਦੋਂ ਕਹਿੰਦੇ ਜਗ੍ਹਾ ਲੱਭੀ ਇਹਨਾਂ ਟਰਾਲੀ ਦਫਨਾ ਦਿੱਤਾ, ਭਾਈ ਗਲੀ ਚ ਕੁੱਤੇ ਲੜਨੇ ਵਿੱਚ ਇਹਨੂੰ ਬਾਬਾ ਜੀ ਫਰਿਸ਼ਤਾ ਲੈਣ ਆਇਆ, ਇਹਨੂੰ ਕਿਲੋ ਦੋ ਕਿਲੋ ਘਿਓ ਦੇ ਗਿਆ, ਚਾਹ ਬਣਾ ਮੈਂ ਕਿੱਥੇ ਲਾਊਂਗਾ, ਕਰਦੇ
ਟੁੱਟ ਜਾਂਦਾ ਵਾ ਲੋ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਆ ਨਾ, ਖਾਨ ਇੱਥੇ ਪਾਉਣ ਆਏ ਸੀਗੇ ਲੇਕਿਨ ਲੋਕਾਂ ਨੇ ਘੇਰ ਲਿਆ ਤੇ ਮਾਸ਼ਾਅੱਲਾ ਬੜਾ ਅੱਛਾ ਪ੍ਰੋਗਰਾਮ ਰਿਹਾ। ਲੋਕਾਂ ਨੇ ਆਪਣੇ ਜਿਹੜੇ ਲੜਕਿਆਂ ਨੇ ਬੜਾ ਅੱਛਾ ਸ਼ੁਗਲ ਕੀਤਾ, ਆਪਣੀ ਜੁਗਤਬਾਜ਼ੀ ਕੀਤੀ ਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਤੁਹਾਡੇ ਲਈ ਫਿਰ ਵੀ ਇਨਸ਼ਾਅੱਲਾ ਤੁਹਾਨੂੰ ਲੈ ਕੇ ਆਵਾਂਗੇ ਤੇ ਅੱਜ ਦਾ ਇੱਥੇ ਇਖਤਾਮ ਕਰਦੇ ਵੀਡੀਓ ਤੇ, ਫਿਰ ਨਵੀਂ ਫਿਰ ਵੀਡੀਓ ਚ ਆਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਪਾਕਿਸਤਾਨ ਜ਼ਿੰਦਾਬਾਦ।